ਸਤਨਾਮ ਵਾਹਿਗੁਰੂ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਹੁਤ ਪਰੇਸ਼ਾਨ ਸੀ, ਕਿਉਂਕਿ ਉਹ ਤਾਂ ਆਪ ਗੁਰੂ ਬਣਨਾ ਚਾਹੁੰਦਾ ਸੀ। ਉਸਨੇ ਸੋਚਿਆ ਕਿ ਜੇ ਗੁਰੂ ਦਰਬਾਰ ਨੂੰ ਆਰਥਕ ਪੱਖੋਂ ਸੱਟ ਮਾਰੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਘਬਰਾ ਜਾਣਗੇ, ਅਤੇ ਉਹ ਆਪਣੇ ਹਮਾਇਤੀ ਮਸੰਦਾਂ ਦੀ ਸਹਾਇਤਾ ਨਾਲ ਗੁਰਗੱਦੀ ਤੇ ਕਬਜ਼ਾ ਕਰ ਲਵੇਗਾ। ਉਸਨੇ ਸ਼ਹਿਰ ਦੀ ਚੁੰਗੀ ਦੀ ਆਮਦਨ ਆਪਣੇ ਕਬਜ਼ੇ ਵਿੱਚ ਕਰਨੀ ਆਰੰਭ ਕਰ ਦਿੱਤੀ। ਉਧਰ ਪ੍ਰਿਥੀ ਚੰਦ ਦੇ ਮਸੰਦ ਸ਼ਹਿਰ ਦੇ ਬਾਹਰ ਹੀ ਡੇਰਾ ਲਾ ਲੈਂਦੇ ਅਤੇ ਆਉਣ ਵਾਲੀਆਂ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਪ੍ਰਿਥੀ ਚੰਦ ਦੇ ਡੇਰੇ ਪਹੁੰਚਾ ਦਿੰਦੇ। ਸੰਗਤਾਂ ਗੁਰੂ ਦਰਬਾਰ ਵਿੱਚ ਪੁੱਜ ਜਾਂਦੀਆਂ ਤੇ ਉੱਥੇ ਲੰਗਰ ਛਕਦੀਆਂ। ਗੁਰੂ ਘਰ ਦੀ ਆਮਦਨ ਘਟਦੀ ਘਟਦੀ ਲਗਭਗ ਬੰਦ ਹੋ ਗਈ ਤੇ ਖਰਚ ਉਵੇਂ ਹੀ ਜਾਰੀ ਰਹੇ। ਇੰਜ ਗੁਰੂ ਘਰ ਦੀ ਆਰਥਿਕਤਾ ਨੂੰ ਕਰਾਰੀ ਸੱਟ ਵੱਜੀ। ਹੌਲੀ ਹੌਲੀ ਲੰਗਰ ਮਸਤਾਨਾ ਹੋ ਗਿਆ। ਕਈ ਵਾਰ ਲੰਗਰ ਇੱਕ ਡੰਗ ਹੀ ਛਕਾਇਆ ਜਾਂਦਾ। ਲੰਗਰ ਨੂੰ ਚੱਲਦਾ ਰੱਖਣ ਲਈ ਗੁਰੂ ਜੀ ਨੇ ਪਹਿਲਾਂ ਆਪਣੀ ਪਤਨੀ ਗੰਗਾ ਦੇਵੀ ਜੀ ਦੇ ਜ਼ੇਵਰ ਵੇਚੇ, ਫਿਰ ਘਰ ਦਾ ਸਮਾਨ, ਅਤੇ ਆਪ ਜੀ ਨੇ ਗੋਇੰਦਵਾਲ ਤੋਂ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਤੋਂ ਕੁਝ ਮਾਇਆ ਵੀ ਮੰਗਵਾਈ। ਰੋਜ਼ਾਨਾ ਖਰਚੇ ਇਸ ਨਾਲ ਭਲਾ ਕਿੱਥੇ ਚੱਲਣੇ ਸਨ। ਸ਼ਹਿਰ ਦੀ ਉਸਾਰੀ ਵੀ ਰੁਕ ਗਈ। ਭਾਈ ਬਲਵੰਡ ਤੇ ਭਾਈ ਸੱਤਾ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ। ਕੀਰਤਨ ਹੀ ਇਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਸੀ। ਸੱਤੇ ਦੀ ਲੜਕੀ ਦੇ ਵਿਆਹ ਦਾ ਸਮਾਂ ਆ ਗਿਆ। ਉਸਨੇ ਗੁਰੂ ਜੀ ਕੋਲੋਂ ਵਿਆਹ ਲਈ ਕਾਫੀ ਤਕੜੀ ਮਾਇਆ ਮੰਗੀ। ਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਗੁਰੂ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ, ਲੰਗਰ ਤੱਕ ਚਲਾਉਣਾ ਵੀ ਮੁਸ਼ਕਲ ਹੈ, ਜਿਸ ਲਈ ਆਪ ਮੂੰਹ ਮੰਗੀ ਮਾਇਆ ਤਾਂ ਦੇ ਨਹੀਂ ਸਕਦੇ, ਥੋੜੀ ਬਹੁਤ ਸਹਾਇਤਾ ਜ਼ਰੂਰ ਕਰ ਸਕਦੇ ਹਨ। ਇਸ ਗੱਲ ਦਾ ਪਤਾ ਲੱਗਣ ਤੇ ਪ੍ਰਿਥੀ ਚੰਦ ਨੇ ਭਾਈ ਸੱਤਾ ਤੇ ਬਲਵੰਡ ਨੂੰ ਉਕਸਾਇਆ ਕਿ ਜੇ ਗੁਰੂ ਭੇਟਾ ਨਹੀਂ ਦੇ ਸਕਦਾ ਤਾਂ ਫਿਰ ਉੱਥੇ ਕੀਰਤਨ ਕਰਨ ਦਾ ਕੀ ਲਾਭ ਹੈ। ਪ੍ਰਿਥੀ ਚੰਦ ਦੀ ਚਾਲ ਚੱਲ ਗਈ। ਦੋਹਾਂ ਰਬਾਬੀਆਂ ਨੇ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਪ ਹੀ ਕੀਰਤਨ ਕਰਿਆ ਕਰੋ। ਗੁਰੂ ਜੀ ਆਪ ਵੀ ਕੀਰਤਨ ਦੀ ਗੁੜਤੀ ਵਿੱਚ ਪਲੇ ਸਨ। ਆਪ ਇੱਕ ਨਿਪੁੰਨ ਕੀਰਤਨੀਏ ਸਨ ਅਤੇ ਸਰੰਦੇ ਨਾਲ ਬਹੁਤ ਚੰਗਾ ਕੀਰਤਨ ਕਰਿਆ ਕਰਦੇ ਸਨ। ਸੋ ਸਿੱਖ ਅਤੇ ਗੁਰੂ ਜੀ ਆਪ ਹੀ ਕੀਰਤਨ ਕਰਨ ਲੱਗੇ। ਰਬਾਬੀਆਂ ਦੀ ਕੋਈ ਘਾਟ ਮਹਿਸੂਸ ਨਾ ਹੋਈ। ਇੰਜ ਪ੍ਰਿਥੀ ਚੰਦ ਅਤੇ ਉਸਦੇ ਹਿਮਾਇਤਾਂ ਦਾ ਇਹ ਵਾਰ ਖਾਲੀ ਗਿਆ। ਭਾਈ ਗੁਰਦਾਸ ਜੀ ਗੁਰਮਤਿ ਦੇ ਪ੍ਰਮੁੱਖ ਵਿਆਖਿਆਕਾਰ ਅਤੇ ਕਈ ਭਾਸ਼ਾਵਾਂ ਦੇ ਵਿਦਵਾਨ ਸਨ। ਆਪ ਜੀ ਨੂੰ ਗੁਰੂ ਰਾਮਦਾਸ ਜੀ ਨੇ ਧਰਮ ਪ੍ਰਚਾਰ ਕਰਨ ਲਈ ਉੱਤਰੀ ਭਾਰਤ ਵਿੱਚ ਭੇਜਿਆ ਹੋਇਆ ਸੀ। ਆਪ ਆਗਰੇ ਤੇ ਕਾਸ਼ੀ ਵਿੱਚ ਨਿਵਾਸ ਰੱਖ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਸਨ। ਇਨ੍ਹਾਂ ਦਿਨਾਂ ਵਿੱਚ ਆਪ ਵਾਪਿਸ ਆ ਗਏ। ਰਸਤੇ ਵਿੱਚ ਗੋਇੰਦਵਾਲ ਵਿੱਚ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਤੋਂ ਉਹਨਾਂ ਨੂੰ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਤੇ ਲੰਗਰ ਦੀ ਦਸ਼ਾ ਦਾ ਪਤਾ ਲੱਗ ਗਿਆ ਸੀ। ਆਪ ਬੜੇ ਫਿਕਰਮੰਦ ਹੋਏ। ਬਾਬਾ ਬੁੱਢਾ ਜੀ ਤੇ ਹੋਰ ਮੁਖੀ ਸਿੱਖਾਂ ਨਾਲ ਵਿਚਾਰਾਂ ਕੀਤੀਆਂ। ਆਪ ਦੇ ਕਹਿਣ ਤੇ ਸਭ ਨੇ ਪ੍ਰਿਥੀ ਚੰਦ ਦੀ ਅਸਲੀਅਤ ਸੰਗਤਾਂ ਨੂੰ ਦੱਸਣ ਦਾ ਮਨ ਬਣਾ ਲਿਆ। ਸ਼ਹਿਰ ਦੇ ਬਾਹਰ ਵੱਖ ਵੱਖ ਥਾਵਾਂ ਤੇ ਸਿੱਖਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ, ਜੋ ਆਉਣ ਵਾਲੀਆਂ ਸੰਗਤਾਂ ਨੂੰ ਸਮਝਾਉਂਦੇ ਕਿ ਪ੍ਰਿਥੀ ਚੰਦ ਕਿਵੇਂ ਉਹਨਾਂ ਦੀ ਕਾਰ ਭੇਟ ਨੂੰ ਆਪਣੇ ਕਬਜ਼ੇ ਵਿੱਚ ਕਰਕੇ
ਗੁਰੂ ਘਰ ਦੀ ਆਰਥਿਕਤਾ ਨੂੰ ਸੱਟ ਮਾਰ ਰਿਹਾ ਹੈ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸ਼ਰਧਾਲੂ ਸਿੱਖਾਂ ਦੇ ਯਤਨਾਂ ਸਦਕਾ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਤੇ ਉਹ ਕਾਰ ਭੇਟਾ ਸਿੱਧੀ ਗੁਰੂ ਦਰਬਾਰ ਵਿੱਚ ਪਹੁੰਚਾਉਣ ਲੱਗੀਆਂ ਜਾਂ ਗੁਰੂ ਜੀ ਦੁਆਰਾ ਨਿਯੁਕਤ ਸਿੱਖਾਂ ਨੂੰ ਦੇਣ ਲੱਗ ਪਈਆਂ। ਇੰਜ ਦਿਨਾਂ ਵਿੱਚ ਹੀ ਪਾਸਾ ਪਲਟ ਗਿਆ ਤੇ ਗੁਰੂ ਘਰ ਦੀ ਨਾਕਾਬੰਦੀ ਟੁੱਟ ਗਈ। ਇਹ ਨਾਕਾਬੰਦੀ ਅਕਤੂਬਰ 1581 ਤੋਂ ਅਪ੍ਰੈਲ 1582 ਤੱਕ ਜਾਰੀ ਰਹੀ ਸੀ। ਭਾਈ ਗੁਰਦਾਸ ਜੀ ਦੇ ਆਉਣ ਨਾਲ ਜਿੱਥੇ ਪ੍ਰਿਥੀ ਚੰਦ ਦੀ ਚਾਲ ਨਾਕਾਮ ਹੋ ਗਈ, ਉੱਥੇ ਰਬਾਬੀ ਸੱਤਾ ਤੇ ਬਲਵੰਡ ਦਾ ਭਰਮ ਜਾਲ ਵੀ ਟੁੱਟ ਗਿਆ। ਪ੍ਰਿਥੀ ਚੰਦ ਨੇ ਤਾਂ ਉਹਨਾਂ ਨੂੰ ਵਰਤਿਆ ਹੀ ਸੀ, ਇਸ ਲਈ ਉਹਨਾਂ ਦੀ ਧਨ ਨਾਲ ਕੋਈ ਸਹਾਇਤਾ ਨਾ ਕੀਤੀ। ਗੁਰੂ ਸਾਹਿਬ ਦੇ ਹੁਕਮ ਕਾਰਨ ਸਿੱਖ ਵੀ ਉਹਨਾਂ ਨੂੰ ਮੂੰਹ ਨਾ ਲਾਉਂਦੇ। ਰੋਜ਼ੀ ਰੋਟੀ ਦਾ ਹੋਰ ਕੋਈ ਵਸੀਲਾ ਤਾਂ ਹੈ ਨਹੀਂ ਸੀ। ਆਰਥਿਕ ਹਾਲਤ ਬਹੁਤ ਪਤਲੀ ਹੋ ਗਈ। ਜਦ ਰੋਟੀਓਂ ਆਤਰ ਹੋ ਗਏ ਤਾਂ ਲਾਹੌਰ ਦੇ ਇੱਕ ਸ਼ਰਧਾਲੂ ਸਿੱਖ ਭਾਈ ਲੱਦਾ ਜੀ ਪਾਸ ਗਏ। ਭਾਈ ਲੱਦਾ ਜੀ ਦੂਜਿਆਂ ਦੇ ਅਟਕੇ ਕੰਮ ਸਵਾਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਸਨ। ਇਸੇ ਲਈ ਸਿੱਖ ਸੰਗਤਾਂ ਵਿੱਚ ਆਪ ਭਾਈ ਲੱਦਾ ਪਰਉਪਕਾਰੀ ਕਰਕੇ ਜਾਣੇ ਜਾਂਦੇ ਸਨ। ਰਬਾਬੀਆਂ ਦੀ ਦਸ਼ਾ ਵੇਖ ਕੇ ਉਹਨਾਂ ਦੇ ਮਨ ਵਿੱਚ ਰਹਿਮ ਆ ਗਿਆ। ਭਾਈ ਸੱਤਾ ਤੇ ਬਲਵੰਡ ਨੂੰ ਨਾਲ ਲੈ ਕੇ ਅੰਮ੍ਰਿਤਸਰ ਆ ਗਏ ਤੇ ਗੁਰੂ ਦਰਬਾਰ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੁਣ ਇਹਨਾਂ ਨੂੰ ਕਾਫੀ ਸਜ਼ਾ ਮਿਲ ਚੁੱਕੀ ਹੈ, ਇਹ ਰੋਟੀਆਂ ਵੀ ਆਤਰ ਹੋ ਗਏ ਹਨ, ਆਪਣੇ ਕੀਤੇ ਲਈ ਸ਼ਰਮਸਾਰ ਹਨ ਅਤੇ ਆਪ ਜੀ ਤੋਂ ਖਿਮਾ ਮੰਗਣ ਆਏ ਹਨ, ਕਿਰਪਾ ਕਰਕੇ ਇਹਨਾਂ ਨੂੰ ਮਾਫ਼ ਕਰ ਦਿਓ ਅਤੇ ਫਿਰ ਤੋਂ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਦੀ ਆਗਿਆ ਦਿਓ। ਸਤਿਗੁਰੂ ਜੀ ਨੇ ਬੇਨਤੀ ਮੰਨ ਲਈ। ਜਦੋਂ ਸੱਤੇ ਤੇ ਬਲਵੰਡ ਨੂੰ ਮਾਫ਼ੀ ਮਿਲ ਗਈ ਤਾਂ ਉਹਨਾਂ ਨੇ ਗੁਰੂ ਉਪਮਾ ਵਿੱਚ 8 ਪੌੜੀਆਂ ਦੀ ਇੱਕ ਵਾਰ ਲਿਖੀ ਅਤੇ ਗੁਰੂ ਦਰਬਾਰ ਵਿੱਚ ਸੁਣਾਈ। ਇਸ ਵਾਰ ਦੀਆਂ ਪਹਿਲੀਆਂ 3 ਪੌੜੀਆਂ ਭਾਈ ਬਲਵੰਡ ਜੀ ਦੀਆਂ ਹਨ ਤੇ ਆਖਰੀ 5 ਪੌੜੀਆਂ ਭਾਈ ਸੱਤਾ ਜੀ ਦੀਆਂ ਹਨ। ਇਸ ਵਾਰ ਵਿੱਚ ਸਾਰੇ 5 ਸਤਿਗੁਰਾਂ ਦੀ ਉਸਤਤ ਕੀਤੀ ਹੋਈ ਹੈ। ਰਾਮਕਲੀ ਰਾਗ ਵਿੱਚ ਉਚਾਰੀ ਇਹ ਵਾਰ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕਰ ਦਿੱਤੀ। ਗੁਰੂ ਘਰ ਦੇ ਵਿਰੁੱਧ ਪ੍ਰਿਥੀ ਚੰਦ ਦੀ ਅਗਵਾਈ ਵਿੱਚ ਜਾਤ ਅਭਿਮਾਨੀ ਲੋਕਾਂ ਦੀਆਂ ਸਾਜ਼ਿਸ਼ਾਂ ਦੀ ਨਾਕਾਮੀ ਦੀ ਇਹ ਇੱਕ ਅਟਲ ਯਾਦਗਾਰ ਹੈ। ਕਿਸੇ ਵੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਉਣ ਲਈ ਉਸ ਦੀ ਆਰਥਿਕਤਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿਥੀ ਚੰਦ ਦੁਆਰਾ ਕੀਤੀ ਗਈ ਨਾਕਾਬੰਦੀ ਨੇ ਇਹ ਗੱਲ ਪ੍ਰਗਟ ਕਰ ਦਿੱਤੀ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਨਾਲ ਲਹਿਰ ਬਹੁਤ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਅਤ ਜ਼ਰੂਰੀ ਕੰਮ ਵੀ ਰੁਕ ਜਾਂਦੇ ਹਨ। ਅੱਜ ਲੋੜ ਹੈ ਪੰਥ ਤੇ ਕਾਬਜ਼ ਹੋਏ ਪ੍ਰਿਥੀ ਚੰਦਾਂ ਨੂੰ ਪਛਾਣਨ ਦੀ, ਜਿਨ੍ਹਾਂ ਨੇ ਪੰਥ ਦੇ ਸਾਰੇ ਸਰਮਾਏ ਦੀ ਨਾਕਾਬੰਦੀ ਕੀਤੀ ਹੋਈ ਹੈ ਤੇ ਇਹ ਸਾਰਾ ਪੈਸਾ ਸੰਗਮਰਮਰ, ਇਮਾਰਤਾਂ ਤੇ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਵਿਅਰਥ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਅਕਲ ਦੇ ਨਾਲ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਪੰਥ ਦਾ ਪੈਸਾ ਗਰੀਬ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਹੀ ਇਸਤੇਮਾਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।